ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਕੇ ਟੀ ਵੀ। ਕਿ ਯੂਕੇ ਨੂੰ ਮਿਲ ਜਾ ਰਿਹਾ ਹੈ ਨਵਾਂ ਪ੍ਰਧਾਨ ਮੰਤਰੀ? ਬੋਰਿਸ ਜੌਨਸਨ ਦੇ ਸਿਰ ਦੇ ਉੱਤੇ ਇੱਕ ਅੱਜ ਬੇਭਰੋਸਗੀ ਦੇ ਮਤੇ ਨੂੰ ਲੈ ਕੇ ਇੱਕ ਤਲਵਾਰ ਲਟਕ ਰਹੀ ਆ, ਜਿਹਦੀ ਵੋਟਿੰਗ ਹੁਣ ਪੈ ਰਹੀ ਆ ਇੰਗਲੈਂਡ ਦੇ ਵਿੱਚ। 359 ਮੈਂਬਰ ਪਾਰਲੀਮੈਂਟ ਜਿਹੜੇ ਅੱਜ ਵੋਟ ਕਰਕੇ ਉਹ ਦੱਸਣਗੇ ਕਿ ਉਹ ਬੋਰਿਸ ਜੌਨਸਨ ਨੂੰ ਪ੍ਰਧਾਨ ਮੰਤਰੀ ਪਦ ਉੱਤੇ ਬਣਾ ਰਹਿਣ ਦੇਣਗੇ ਜਾਂ ਨਹੀਂ। ਕਿਉਂਕਿ ਜੇ ਆਪਾਂ ਗੱਲ ਕਰੀਏ ਕੋਵਿਡ ਦੇ ਪੀਰੀਅਡ ਨੂੰ ਲੈ ਕੇ, ਜਿਹੜੀਆਂ ਪਾਰਟੀਆਂ ਸਟਰੀਟ ਪਾਰਟੀ ਵਿੱਚ ਹੋਈਆਂ, ਗਾਰਡਨ ਪਾਰਟੀਆਂ ਹੋਈਆਂ, ਉਹਨਾਂ ਨੂੰ ਲੈ ਕੇ ਯੂਕੇ ਦੇ ਵਸਨੀਕਾਂ ਵਿੱਚ ਰੋਹ ਪਾਇਆ ਗਿਆ ਅਤੇ ਇਸ ਦੇ ਨਾਲ ਪਾਰਟੀ ਦੇ ਵਿੱਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ। ਅਤੇ ਵੋਟਿੰਗ ਲਗਾਤਾਰ ਚੱਲ ਰਹੀ ਆ, 9 ਵਜੇ ਠੀਕ ਰਿਜ਼ਲਟ ਪੈ ਜਾਣਗੇ, ਆ ਜਾਣਗੇ, ਅਤੇ ਉਸ ਦੇ ਵਿੱਚ ਪਤਾ ਲੱਗ ਜਾਵੇਗਾ, ਸਪਸ਼ਟ ਹੋ ਜਾਵੇਗਾ ਉਹਨਾਂ ਨੂੰ ਬੇਭਰੋਸਗੀ ਦੇ ਮਤੇ ਤੋਂ ਬਚਣ ਦੇ ਲਈ 180 ਵੋਟਾਂ ਹਾਸਲ ਕਰਨੀਆਂ ਹੋਣਗੀਆਂ। ਹੁਣ ਦੇਖਦੇ ਹਾਂ ਕਿੰਨੇ ਮੈਂਬਰ ਆਫ ਪਾਰਲੀਮੈਂਟ ਬੋਰਿਸ ਜੌਨਸਨ ਦੇ ਪੱਖ ਵਿੱਚ ਨਿੱਤਰਦੇ ਨੇ ਜੋ ਉਹਨਾਂ ਨੂੰ ਪ੍ਰਧਾਨ ਮੰਤਰੀ ਪਦ ਉੱਤੇ ਬਣੇ ਰਹਿਣ ਦੇਣਾ ਚਾਹੁੰਦੇ ਨੇ, ਅਤੇ ਕਿੰਨੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਵੋਟ ਨਾਂ ਦੇ ਵਿੱਚ ਪਾਉਂਦੇ ਨੇ ਜੋ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪਦ ਉੱਤੇ ਨਹੀਂ ਬਣਿਆ ਦੇਖਣਾ ਚਾਹੁੰਦੇ। ਠੀਕ 9 ਵਜੇ ਰਿਜ਼ਲਟ ਆ ਜਾਣਗੇ, ਉਸ ਦੇ ਨਾਲ ਹੀ ਤੁਹਾਨੂੰ ਜਿਹੜੀ ਆ ਉਹ ਅਪਡੇਟ ਅਸੀਂ ਦੇਵਾਂਗੇ। ਤੁਸੀਂ ਦੇਖਦੇ ਰਹੋ ਕੇ ਟੀ ਵੀ, ਜੁੜੇ ਰਹੋ ਸਾਡੇ ਨਾਲ। ਧੰਨਵਾਦ, ਰੱਬ ਰਾਖਾ।